एमएलए एमपी बनना सौखा हुंदा लेकिन पिंड दा सरपंच बनना पूरे गोडे जिहड़े ने घसा दिंदा वै क्योंकि जिहड़ी हर किसी ने एक दूसरे नूं जानदा हुंदा पता हुंदा कौन किंदे नाल किवें खड़ा वै और उसे तरीके नाल कई पिंडां दे विच लड़ाई झगड़े भी वधदे ने लेकिन इस वेले जिहड़े पिंड दे विच मैं खड़ा वां इत्थे इंटरेस्टिंग गल इह है कि 20 साल अकाली दल दा सरपंच जिहड़ा अकाली दल दे समर्थन दे नाल सरपंच जिहड़ा वै इत्थे चुणिया जांदा सी लेकिन इस वार जिहड़े दो शख्स खड़े होए ने दो महिलावां खड़ियां होईयां ने उह दोवें आम आदमी पार्टी दे सपोर्ट दे नाल खड़ियां होईयां ने ना तां इत्थे अकाली दल दा कोई उम्मीदवार नजर आंदा ना कांग्रेस दा और दो पंचां ते सहमति बन गई है लेकिन सरपंच ते सहमति नहीं बनी बलजीत कौर ते दविंदर कौर ए दो इत्थे सरपंच दे तौर ते खड़े होए ने और 20 साल तो जिहड़े सरपंच रहे ने उह इस वेले पिंड दे नंबरदार दे तौर ते गिने जांदे ने पंज पिंडां दी नंबरदारी करदे ने और पूरा जिवें पिंडां दा माहौल हुंदा बजुर्ग बैठे हुंदे ने सोटा लैके उदां ही इत्थे बैठे होए ने सवेर तो ही हालांकि अद्धे घंटे बाद वोटिंग दी प्रक्रिया 15-20 मिनट बाद शुरू हो जानी है और जिहड़ी तस्वीर असीं स्क्रीन ते दिखा रहे सीगे कि ਕਿਹੜੇ ਕਿਹੜੇ ਦਸਤਾਵੇਜ਼ ਹੋਣੇ ਲਾਜ਼ਮੀ ਨੇ ਉਹ ਹਰ ਪੋਲਿੰਗ ਬੂਥ ਤੇ ਇੱਥੇ ਲੱਗੇ ਹੋਏ ਨੇ ਦੇਖੋ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਗ੍ਰਾਮ ਪੰਚਾਇਤ ਚੋਣਾਂ 2024 15 ਅਕਤੂਬਰ 2024 ਯਾਨੀ ਕਿ ਅੱਜ ਦਾ ਦਿਨ ਵੋਟਾਂ ਪਾਉਣ ਦਾ ਸਮਾਂ ਸਵੇਰੇ 8 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਦੀ ਗਿਣਤੀ ਇਸ ਤੋਂ ਬਾਅਦ ਸ਼ੁਰੂ ਹੋ ਜਾਏਗੀ ਪੋਲਿੰਗ ਸਟੇਸ਼ਨ ਵਿਖੇ ਪਛਾਣ ਦੇ ਜਿਹੜੇ ਪ੍ਰਮਾਣ ਵਜੋਂ ਵਰਤੇ ਜਾ ਸਕਣ ਵਾਲੇ ਦਸਤਾਵੇਜ਼ ਜੇਕਰ ਤੁਹਾਡੇ ਕੋਲ ਵੋਟਰ ਕਾਰਡ ਹੈ ਮਨਰੇਗਾ ਨੌਕਰੀ ਕਾਰਡ ਹੈ ਡਰਾਈਵਿੰਗ ਲਾਇਸੈਂਸ ਹੈ ਰਾਸ਼ਨ ਕਾਰਡ ਹੈ ਪਾਸਬੁੱਕ ਹੈ ਸਿਹਤ ਬੀਮਾ ਸਮਾਰਟ ਕਾਰਡ ਹੈ ਜਾਂ ਸਰਵਿਸ ਪਛਾਣ ਪੱਤਰ ਤਸਵੀਰ ਦੇ ਨਾਲ ਹੋਣਾ ਲਾਜ਼ਮੀ ਹੈ ਸਮਾਰਟ ਕਾਰਡ ਹੋਣਾ ਜ਼ਰੂਰੀ ਹੈ ਜਾਂ ਪੈਨਸ਼ਨ ਦਸਤਾਵੇਜ਼ ਇਹ ਸਾਰੇ ਇਹਨਾਂ 'ਚੋਂ ਕੋਈ ਵੀ ਦਸਤਾਵੇਜ਼ ਤੁਹਾਡੇ ਕੋਲ ਹੋਏਗਾ ਤੁਸੀਂ ਵੋਟ ਦਾ ਇਸਤੇਮਾਲ ਕਰ ਸਕੋਗੇ ਤਾਂ ਜਿਹੜੇ ਬਜ਼ੁਰਗ ਨੇ ਇੱਥੇ ਬੈਠੇ ਹੋਏ ਨੇ ਉਹਨਾਂ ਨਾਲ ਗੱਲਬਾਤ ਵੀ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜ਼ੀਰਾ ਜਾਣਿਆ ਜਾਂਦਾ ਸਭ ਤੋਂ ਜ਼ਿਆਦਾ ਸੈਂਸਿਟਿਵ ਕਿ ਇੱਥੇ ਸਭ ਤੋਂ ਜ਼ਿਆਦਾ ਲੜਾਈ ਝਗੜੇ ਹੁੰਦੇ ਆ ਤੁਸੀਂ 20 ਸਾਲ ਪਿੰਡ ਦੀ ਨੁਮਾਇੰਦਗੀ ਕੀਤੀ ਹੈ ਇਸ ਵਾਰ ਅਕਾਲੀ ਦਲ ਜਾਂ ਕਾਂਗਰਸ ਦਾ ਕੋਈ ਕੈਂਡੀਡੇਟ ਇਸ ਪਿੰਡ 'ਚ ਕਿਉਂ ਨਹੀਂ ਖੜਾ ਕੋਈ ਨਹੀਂ ਕੋਈ ਕੈਂਡੀਡੇਟ ਨਹੀਂ ਇੱਥੇ ਮੈਂ 20 ਸਾਲ ਰਿਹਾ ਪਿੰਡ ਦਾ ਸਰਪੰਚ ਮੈਨੂੰ ਸਰਬਸੰਮਤੀ ਨਾਲ ਬਣਾਉਂਦੇ ਰਹੇ ਆ ਮੇਰੇ ਬਾਪ ਨੂੰ 20 ਸਾਲ ਉਹਨੇ ਕੀਤੀ ਸਰਪੰਚ ਉਹਨੂੰ ਸਰਬਸੰਮਤੀ ਨਾਲ ਪਿੰਡ ਦੇ ਲੋਕ ਬਣਾਉਂਦੇ ਰਹੇ ਭਾਵੇਂ ਕਾਂਗਰਸ ਸੀ ਭਾਵੇਂ ਅਕਾਲੀ ਸੀ ਭਾਵੇਂ ਕਿਸੇ ਪਾਰਟੀ ਦਾ ਹੀ ਹੋਵੇ ਕਿਉਂਕਿ ਅਸੀਂ ਸਾਂਝੇ ਬੰਦੇ ਸਾਂ ਪਰ ਇਸ ਵਾਰ ਸਰਬਸੰਮਤੀ ਕਿਉਂ ਨਹੀਂ ਬਣੀ ਕਿ ਸਰਬਸੰਮਤੀ ਕਿਸੇ ਨੇ ਪੁੱਛਿਆ ਨਹੀਂ ਕਿਸੇ ਨੂੰ ਇਸ ਵਾਰ ਆਮ ਆਦਮੀ ਪਾਰਟੀ ਦੇ ਦੋ 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 ਆਪਸ ਮੇ ਦੋ ਮਹਿਲਾਵਾਂ ਖੜੀਆਂ ਹੋਈਆਂ ਦੋਵੇਂ ਮਹਿਲਾਵਾਂ ਖੜੀਆਂ ਔਰ ਦੋ ਪੰਚਾਂ ਤੇ ਸਹਿਮਤੀ ਬਣ ਗਈ ਹਾਂ ਦੋ ਪੰਚਾਂ ਦੀ ਸਹਿਮਤੀ ਬਣ ਗਈ ਤਿੰਨਾਂ ਦੀ ਜੇ ਨਹੀਂ ਹੋਈ ਸਰਪੰਚ ਦੀ ਵੀ ਨਹੀਂ ਹੋਈ ਔਰ ਆਮ ਆਦਮੀ ਪਾਰਟੀ ਦਾ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਆਮ ਆਦਮੀ ਜਿਹੜਾ ਹੈ ਹਾਂ ਕੋਈ ਲੜਾਈ ਝਗੜਾ ਨਹੀਂ ਇੱਥੇ ਔਰ ਕਾਂਗਰਸ ਅਕਾਲੀ ਬਾਹਰੋਂ ਦੇਖੇਗਾ ਤਮਾਸ਼ਾ ਤਮਾਸ਼ਾ ਵੇਖੋ ਅਕਾਲੀ ਕਾਂਗਰਸੀ ਕਿਉਂ ਨਹੀਂ ਉਹ ਕਿਉਂ ਨਹੀਂ ਉਹ ਇਉਂ ਵੀ ਕਿ ਮਾਹੌਲ ਜਿਹੜਾ ਸੀ ਨਾ ਉਹ ਕੁਛ ਜਿਹੜਾ ਤੁਹਾਨੂੰ ਪਤਾ ਪ੍ਰਸ਼ਾਸਨ ਕੀ ਕਰਦਾ ਆ ਤੁਸੀਂ ਇਸ ਵਾਰ ਕਿਉਂ ਨਹੀਂ ਖੜੇ ਮੈਂ 80 ਸਾਲ ਦਾ ਹੋ ਗਿਆ 80 ਸਾਲ ਦੇ ਹੋ ਗਏ ਹਾਂ ਤੁਹਾਡੇ ਅੱਗੋਂ ਬੱਚੇ ਮੇਰਾ ਇੱਕ ਪੁਲਿਸ ਆ ਇਹ ਐਸਆਈ ਆ ਦੂਜਾ ਲੜਕਾ ਮੇਰਾ ਵਹੀ ਕਰਦਾ ਬਾਹਰੋਂ ਬੈਠ ਕੇ ਦੇਖਣ ਦਾ ਸਵਾਦ ਜ਼ਿਆਦਾ ਵੈ ਜ਼ਿਆਦਾ ਸਵਾਦ ਹੁੰਦਾ ਜਦੋਂ ਤੁਸੀਂ ਪੰਚੀ ਸਰਪੰਚੀ ਲੜਦੇ ਸੀਗੇ ਉਦੋਂ ਮੁਸ਼ਕਲ ਸੀ ਜਾਂ ਬਾਹਰੋਂ ਦੇਖ ਕੇ ਹੁਣ ਇੱਥੇ ਬੈਠ ਕੇ ਸਵਾਦ ਆਉਂਦਾ ਉਦੋਂ ਕੋਈ ਮੁਸ਼ਕਲ ਨਹੀਂ ਸੀ ਹੁਣ ਕੋਈ ਮੁਸ਼ਕਲ ਨਹੀਂ ਕਿਉਂਕਿ ਉਦੋਂ ਲੋਕ ਜਿਹੜੇ ਸੀ ਨਾ ਸਰਪੰਚੀ ਨਾਲ ਬਣਾ ਦਿੰਦੇ ਸੀ ਜਿਹੜਾ ਬੰਦਾ ਸਿਆਣਾ ਹੁੰਦਾ ਸੀ ਅਗਲਾ ਦਾ ਵੀ ਇਹਨੂੰ ਯਾਰ ਸਿਆਣਾ ਬੰਦਾ ਪਿੰਡ ਦਾ ਵਿਕਾਸ ਕਰੂ ਜਾਂ ਪਿੰਡ ਦਾ ਨਿਰਪੱਖ ਹੋ ਕੇ ਵੀ ਫੈਸਲੇ ਕਰੂ ਉਹਨੂੰ ਲੋਕ ਚੁਣਦੇ ਸੀ ਪਰ ਇਸ ਵਾਰ ਸਵਾਦ ਆ ਰਿਹਾ ਜਦੋਂ 8 ਵੇ ਵੋਟਾਂ ਤੋਂ ਪਹਿਲਾਂ ਇੱਥੇ ਬਹਿ ਗਿਆ ਬੜਾ ਸਵਾਦ ਆ ਬੜਾ ਸਵਾਦ ਆ ਠੀਕ ਹੈ